ਮਿੱਤਰਾਂ ਨੂੰ ਚੜ ਜਾਂਦਾ ਚਾ ਲੈ ਆ ਉਤੋਂ ਫੀਮ ਜੀ ਖਵਾ ਸੋ ਵੈਲਕਮ ਬੈਕ ਗਾਇਸ ਕੀ ਹਾਲ ਚਾਲ ਸਭ ਤੋਂ ਫੁੱਲੀ ਸਾਰੇ ਵਧੀਆ ਆਵਾਂਗੇ ਰਹੀਏ ਹੱਸਦੇ ਬਾਈ ਖਾਣ ਭੈਣੀ ਸਾਈਕੋ ਸਟਾਈਲ ਦਾ ਮਿਊਜ਼ਿਕ ਲਿਰਿਕਸ ਵੀ ਖਾਣ ਭੈਣੀ ਬਾਈ ਦੇ ਆਪਣੇ ਹੋਣੇ ਆ ਨਾ ਵੀਡੀਓ ਬੀ ਟੁਗੈਦਰ ਪ੍ਰੋਜ ਉਹੀ ਟੀਮ ਆਲਮੋਸਟ ਹਰ ਗਾਣੇ ਸੇਮ ਹੁੰਦੀ ਆ ਅਤੇ ਅੱਜ ਉਹ ਸਟਾਰਟ ਕਰਦੇ ਆ ਸਾਈਕੋ ਸਟਾਈਲ ਅੱਛਾ ਅੱਜ ਕੀ ਸਾਈਕੋ ਸਟਾਈਲ ਦੇ ਆਪਣੇ ਚੈਨਲ 'ਤੇ ਆਇਆ ਨਾ ਗਾਣਾ ਨਾਈਸ ਖਾਣ ਭੈਣੇ ਦੀ ਨਾ ਇੱਕ ਗੱਲ ਹੈਗੀ ਆ ਮਤਲਬ ਹਰ ਗਾਣੇ 'ਚ ਨਾ ਇਹਦੀ ਇੱਕ ਡਿਫਰੈਂਟ ਮੈਲਡੀ ਹੁੰਦੀ ਆ ਅਤੇ ਜਿਹੜੀ ਮੈਲਡੀ ਹੁੰਦੀ ਉਹਦੇ ਦੇ ਵਿੱਚ ਹੀ ਮਤਲਬ ਇਹ ਸਟਾਰਟਿੰਗ 'ਚ ਕੁਛ ਹਲਕੀ ਹਮਿੰਗ ਵਗੈਰਾ ਕਰਦਾ ਜਿਵੇਂ ਹੇਕ ਵੀ ਲਾਉਂਦਾ ਕਿਵੇਂ ਹਲਕੀ ਹਲਕੀ ਬਟ ਉਸੇ ਵਿੱਚ ਲਾਉਣਾ ਤਾਂ ਸਵਾਲ ਆਉਂਦਾ ਰਹੀਏ ਹੱਸਦੇ ਨੀ ਇੱਕੋ ਵਜਾ ਕੇ ਰਹੀਏ ਵਿੱਚ ਰੱਬ ਦੀ ਰਜ਼ਾ ਲਿਖ ਲੈਨੇ ਆ ਥੋੜਾ ਗਾ ਲੈਨੇ ਆ ਚਾਰ ਪੈਸੇ ਵੀ ਕਮਾ ਹਾਏ ਹੁਣ ਜਾਣ ਚੱਲੀ ਜਾਵੇ ਚਾਹੀਦਾ ਏ ਕੀ ਸੱਚ ਦੀ ਨਾ ਨੀਤ ਬੰਦਾ ਤਮਾਦਾ ਏ ਜੀ ਆਪਣਾ ਜਿਉਣ ਦਾ ਤਰੀਕਾ ਹੋਰ ਗੋਰੀਏ ਨੀ ਕਰੀਦਾ ਏ ਕੰਮ ਕਦੇ ਕੇਰ ਨੀ ਕਰੀ ਲਈਏ ਜਿਹਦੇ ਤੋਂ ਉਧਾਰੇ ਬਿੱਲੋ ਸਾਹ ਨੀ ਮਿੱਤਰਾਂ ਦਾ ਉਹੀ ਅਗਵਾ ਹਰੀਏ ਹੱਸਦੇ ਨੀ ਇੱਕੋ ਵਜਾ ਕੇ ਰਹੀਏ ਵਿੱਚ ਰੱਬ ਦੀ ਰਜ਼ਾ ਲਿਖ ਲੈ ਕਿਉਂਕਿ ਜੋ ਹੋਣਾ ਉਹ ਹੋ ਕੇ ਹੀ ਰਹਿਣਾ ਜਿੰਨੀ ਮਰਜ਼ੀ ਟੈਨਸ਼ਨ ਲਈ ਜਾਓ ਕਿਹੜੇ ਵਹਿਲ ਕਿਹੜੇ ਗੱਭਰੂ ਚ ਗੁਣ ਜਰਾ ਗੌਰ ਨਾਲ ਸੁਣ ਬਸ ਦੱਸੂ ਇੱਕ ਵਾਰ ਨੀ ਉਮਰੂ ਮਰੂ ਕਰਦੇ ਜੋ ਬੰਦੇ ਹੋਣੇ ਹੋਰ ਨੀ ਸਾਰੇ ਬੈਠੇ ਵਿੱਚ ਮਾਈ ਵੀਰਾ ਜੋਬਨ ਵੀਰਾ ਸਾਰੇ ਬੈਠੇ ਹੋਏ ਵਿੱਚ ਆਪਣਾ ਜਿਉਣ ਦਾ ਤਰੀਕਾ ਬਿੱਲੋ ਹੋਰ ਹੈ ਕਰਜੇ ਕੀ ਮਾੜੀ ਆਪਾਂ ਕੀਤੀ ਇਗਨੋਰ ਨੀ ਗੇਮ ਵਿੱਚ ਗੱਭਰੂ ਆ ਕੀਤਾ ਵਿੱਚ ਲੋਰੇ ਦੇ ਦਿੰਦੇ ਨੀ ਉਹ ਫਲ ਵਾਲੇ ਉੱਚੇ ਜੋ ਟਰੀ ਜੀ ਬੜੀ ਲਾਈਫ ਮਾਈਂਡ ਰੱਖੀ ਦਾ ਫਰੀ ਸਾਰਿਆਂ ਨੂੰ ਮਿਲਦਾ ਆ ਖੁੱਲ ਕੇ ਮੈਂ ਗੋਰੀਏ ਨੀ ਫੇਕ ਬੰਦਿਆਂ ਨੂੰ ਮਿਲ ਚੜਦੀ ਆ ਜੀ ਮਿਲ ਮਿੱਤਰਾਂ ਨੂੰ ਚੜ ਜਾਂਦਾ ਚਾ ਲੈ ਆ ਉਤੋਂ ਫੀਮ ਜੀ ਖਵਾ ਹਰੀ ਹੱਸਦੇ ਨੀ ਇੱਕੋ ਵਜਾ ਕੇ ਰਹੀਏ ਵਿੱਚ ਰੱਬ ਦੀ ਰਜ਼ਾ ਲਿਖ ਲੈਨੇ ਆ ਥੋੜਾ ਗਾ ਲਈ ਦੇ ਚਾਰ ਪੈਸੇ ਵੀ ਕਮਾ ਤੁਸੀਂ ਦੇਖੋ ਸ਼ੋਟਸ ਕਿੰਨੇ ਪਿਆਰੇ ਨੇ ਠੀਕ ਹੈ ਨਾ ਸਟੂਡੀਓ ਦੇ ਵਿੱਚ ਵੀ ਗਏ ਸਟੂਡੀਓ ਉਹਨਾਂ ਨੇ ਕਿਆ ਇਨਵਾਇਰਮੈਂਟ ਕ੍ਰੀਏਟ ਕੀਤਾ ਹੋਇਆ ਕਿੰਨਾ ਇੰਜੋਏ ਕਰ ਰਹੇ ਨੇ ਉਸ ਚੀਜ਼ ਨੂੰ ਹੈ ਨਾ ਉਹਨਾਂ ਨੇ ਉਹਦੇ ਇੱਕ ਗੱਲ ਦਿਖਾਈ ਹੈ ਕਿ ਬਰਡਨ ਨਹੀਂ ਲੈਂਦੇ ਅਸੀਂ ਕਿਸੇ ਗੱਲ ਦਾ ਅਸੀਂ ਐਸ਼ ਕਰੀਦੇ ਚਿੱਲ ਕਰੀਦਾ ਚਿੱਲ ਮਾਹੌਲ ਸਭ ਕੁਝ ਬਣਾਈਦਾ ਸਹੀ ਗੱਲ ਤਾਂ ਹੀ ਗੀਤਾਂ ਵਿੱਚ ਲੋਰ ਹੈ ਬਿਲਕੁਲ ਸਹੀ ਗੱਲ ਕਹੀ ਹੈ ਖਾਣ ਪੈਣੇ ਵਾਲੇ ਨੇ ਹਰ ਗਾਣੇ 'ਚ ਇਹਦੇ ਇੱਕ ਲੋਰ ਹੈ ਇੱਕ ਮੈਲਡੀ ਵਾਈਬ ਜੀ ਹੈ ਯਾਰ ਇੱਕ ਹੋਇਆ ਆਪਣਾ ਹਰ ਕਾਨੇ ਨਾ ਗੁਵੈਰ ਨਾ ਗੁਗਲਾ ਕਿਸੇ ਨਾਲ ਨੀ ਉਹ ਬਿਨਾ ਮੰਗੇ ਦੀ ਜਾਂਦਾ ਕਰੀਪੀਆ ਰੱਬ ਨੇ ਕਮਾਲ ਨੀ ਹੁਕਮ ਚੰਗੇ ਘਰ ਬਾਰ ਚੰਗੇ ਤੁਸੀਂ ਉਹ ਕਿਹੜੀ ਵੀਡੀਓ ਉਹਨਾਂ ਨੇ ਕਿੰਨੀ ਕਲੋਨੀ ਜੀ ਬਣਾਈ ਆ ਕਰੀਪੀਆ ਰੱਬ ਨੇ ਕਮਾਲ ਨੀ ਕੰਮ ਚੰਗੇ ਘਰ ਬਾਰ ਚੰਗੇ ਨੇ ਕੱਪੜੇ ਤੇ ਕਿਰਦਾਰ ਚੰਗੇ ਨੇ ਚੰਗੇ ਗਾਣੇ ਚੱਲੀ ਜਾਂਦੇ ਲੋਕੀ ਕਹਿਣ ਸਟਾਰ ਚੰਗੇ ਨੇ ਜਿੰਨੇ ਵੀ ਆ ਯਾਰ ਚੰਗੇ ਨੇ ਯਾਰਾਂ ਦੇ ਪਰਿਵਾਰ ਚੰਗੇ ਨੇ ਹੱਸ ਖੇਡ ਕੇ ਲੰਘ ਰਹੇ ਆ ਜ਼ਿੰਦਗੀ ਦੇ ਦਿਨ ਚਾਰ ਚੰਗੇ ਨੇ ਉਹ ਜਿੱਥੇ ਲੱਗਦੇ ਨਾ ਪੈਰੇ ਉੱਥੇ ਲਾਤੇ ਬੰਨ ਨੀ ਦੂਜਿਆਂ ਨੂੰ ਹਿੰਦੀ ਜਾਣਾ ਸਾਡਾ ਕੰਮ ਨੀ ਹੱਸਦੇ ਨੀ ਕੁਆ ਵਜਾ ਕੇ ਰਹੀਏ ਵਿੱਚ ਰੱਬ ਦੀ ਰਜ਼ਾ ਲਿਖ ਲੈਨੇ ਆ ਥੋੜਾ ਗਾ ਲਈ ਦੇ ਚਾਰ ਪੈਸੇ ਵੀ ਕਮਾ ਉਹ ਸਾਡੀ ਬੇਬੀ ਬੇਬੇ ਜੋ ਬਸਾਣਾ ਖਾਂਦੀ ਪੈਂਦਾ ਨੀ ਸਾਡੀ ਬੇਬੀ ਬੇਬੇ ਹੁਣ ਬੇਬੀ ਦਾ ਨੰਬਰ ਸੇਵ ਕਰਵਾ ਬੇਬੀ ਦੇ ਨਾਂ ਤੋਂ ਪੈਸੇ ਬਾਪੂ ਕੂਲ ਬੀਬੀ ਅਪ ਤਾਂ ਭਰਿੰਦਾ ਮਾਲਦਾ ਓਹ ਨਾਈਸ ਮੈਨ ਨਾਈਸ ਕਹਿੰਦਾ ਵੈਸੇ ਬਾਪੂ ਕੂਲ ਪਰ ਉਂਝ ਤਾਂ ਭਰਿੰਦਾ ਆ ਲਈ ਦੇ ਚਾਰ ਪੈਸੇ ਵੀ ਕਮਾ
ਉਹ ਸਾਡੀ ਬੇਬੀ ਬੇਬੇ ਜੋ ਬਸਾਨਾ ਖਾਂਦੀ ਪੈਂਦਾ ਨੀ ਵੈਸੇ ਬਾਪੂ ਕੂਲ ਬੀਬੀ ਅੱਪ ਤਾਂ ਪਰਿੰਦਾ ਮਾਲਵਾ ਬੈਲਟ ਵਿੱਚ ਪੈਣੀ ਮੇਰਾ ਪਿੰਡਾ ਨੀ ਜ਼ਿਲ੍ਹਾ ਬਰਨਾਲਾ ਸੰਗਰੂਰ ਵਾਲੀ ਹਿੰਡਾ ਕਰ ਲਈ ਤੂੰ ਜੱਜ ਸਾਨੂੰ ਗੀਤਾਂ ਤੋਂ ਨਾ ਗੋਰੀਏ ਨੀ ਇੱਕ ਗੱਲ ਪੱਕੀ ਆ ਬਈ ਬੰਦੇ ਹੀਰੇ ਹੁੰਦੇ ਸੰਗਰੂਰ ਵਾਲੇ ਬਾਹਲੇ ਹਨਾ ਤਾਂ ਹੀ ਗੱਲ ਬਣੀ ਆ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਤੀਆਂ ਦੇ ਮਾੜੇ ਜੱਟ ਨੀਤਾ ਤੋਂ ਗੋਰੀਏ ਨੀ ਫੁਗਰੀ ਤੇ ਸਾਜਿਸ਼ਾਂ ਦੇ ਸ਼ਹਿਰ ਵੱਲ ਆਉਂਦੀਆਂ ਨੀ ਸਾਡਾ ਪਿੱਛਾ ਜਿੰਨਾ ਸਟਰੀਟਾਂ ਤੋਂ ਗੋਰੀਏ ਕਿ ਸਾਡੇ ਆਲੇ ਪਾਸੇ ਕੰਮ ਫਿੱਟ ਬੱਲੀਏ ਪਿੰਡਾਂ ਦੇ ਕੈਨੇਡਾ ਤੱਕ ਹਿੱਟ ਬੱਲੀਏ ਸਾਡੇ ਮੱਥੇ ਤੇ ਤਿਉੜੀ ਕਦੇ ਦੇਖਣੀ ਨੀ ਤੈਨੂੰ ਨਾਲ ਤੇਜੀ ਹੁੰਦਾ ਲੱਗਾ ਰਹਿੰਦਾ ਚਿੱਤ ਬੱਲੀਏ ਛੇਤੀ ਜਾਂਦੇ ਜਿਹੜੇ ਭੁੱਲਣੇ ਜੜਾ ਤੇਜੀ ਹੈ ਨਾ ਗ੍ਰੀਨ ਕੋਟ ਪੈਂਟ ਜਿਹੜਾ ਤੈਨੂੰ ਨਾਲ ਤੇਜੀ ਹੁੰਦਾ ਲੱਗਾ ਰਹਿੰਦਾ ਚਿੱਤ ਬੱਲੀਏ ਛੇਤੀ ਜਾਂਦੇ ਜਿਹੜੇ ਭੁੱਲਣੇ ਜੜਾ ਸਾਡੀ ਲਿਸਟ ਚ ਉਹਨਾਂ ਲਈ ਨੀ ਥਾਂ ਹਰੀ ਹੱਸਦੇ ਨੀ ਇੱਕੋ ਵਜਾ ਕਿ ਰਹੀਏ ਵਿੱਚ ਰੱਬ ਦੀ ਰਜ਼ਾ ਲਿਖ ਲੈਨੇ ਆ ਲੈਨੇ ਆ ਥੋੜਾ ਗਾ ਲਈ ਦੇ ਚਾਰ ਪੈਸੇ ਵੀ ਕਮਾ ਕਿ ਅੱਜ ਟਾਈਮ ਥੋੜਾ ਗੱਲਾਂ ਜ਼ਿਆਦਾ ਤਾਂ ਨੀ ਹੋਣੀਆਂ ਨੀ ਵੱਡਣੇ ਆ ਪੱਠੇ ਜਾ ਕੇ ਤਾਰਾਂ ਵੀ ਨੇ ਚੋਣੀਆਂ ਕਿ ਨਵਾਂ ਗਾਣਾ ਸੁਣ ਕੇ ਤਰੀਫਾਂ ਵੀ ਨੇ ਹੋਣੀਆਂ ਤੇ ਉਹੀ ਚਾਰ ਗੱਲਾਂ ਫਿਰ ਚਾਚੇ ਨੇ ਸਮਝਾਉਣੀਆਂ ਕਿ ਕਦੇ ਤੇਰੇ ਵੱਲ ਦਾ ਤੇ ਕਦੇ ਮੇਰੇ ਵੱਲ ਹੋਏ ਟਾਈਮ ਦਾ ਕੀ ਪਤਾ ਖਾਨਾ ਸਾਹਿਬ ਨਾਲ ਚੱਲ ਹੋਏ ਚੱਲੇ ਤੇਰਾ ਖੋਰੇ ਕੀਤਾ ਹੁਣ ਕੱਲ ਹੋਏ ਚਾਰ ਦਿਨ ਸਾਰਿਆਂ ਦੇ ਐਡੀ ਵੀ ਨੀ ਗੱਲ ਹੋਏ ਚਾਰ ਦਿਨ ਸਭ ਦੇ ਐਡੀ ਵੀ ਨੀ ਗੱਲ ਹੋਏ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸਹੀ ਹੈ ਯਾਰ ਬਹੁਤ ਪਿਆਰਾ ਗਾਣਾ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਬਹੁਤ ਪਿਆਰ ਨਾਲ ਮਤਲਬ ਉਹਨੇ ਗਾਇਆ ਜਿਵੇਂ ਖਾਣ ਭੈਣੀ ਦੇ ਗਾਣੇ ਦੇ ਵਿੱਚ ਨਾ ਆਕੜ ਮਿਲ ਜਾਂਦੀ ਹੈ ਬੰਦੇ ਨੂੰ ਕਿਤੇ ਨਾ ਕਿਤੇ ਹਰ ਗਾਣੇ 'ਚ ਇੱਕ ਤਾਂ ਡਿਫਰੈਂਟ ਵਾਈਬ ਹੁੰਦੀ ਆ ਇੱਕ ਇੱਕ ਫਲੋ ਆ ਯਾਰ ਖਾਣ ਭੈਣੀ ਵਾਲੇ ਕੋਲ ਉਹ ਹੈ ਨਹੀਂ ਕਿਸੇ ਕੋਲ ਇੱਕ ਇੱਕ ਵਾਕਈ ਇੱਕ ਜਿਵੇਂ ਉਹ ਕਹਿੰਦਾ ਆਪਣੇ ਮੇਰੇ ਗਾਣੇ ਵਿੱਚ ਲੋਰ ਆ ਉਹ ਲੋਰ ਹੈ ਨਹੀਂ ਸੱਚੀ ਕਿਸੇ ਕੋਲ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਹੈ ਨਹੀਂ ਕਿਸੇ ਕੋਲ ਬਹੁਤ ਬਾਕਮਾਲ ਬਹੁਤ ਬਾਕਮਾਲ ਲਿਰਿਕਸ ਬਹੁਤ ਬਾਕਮਾਲ ਮਿਊਜ਼ਿਕ ਸਾਈਕੋ ਸਟਾਈਲ ਸੀਰੀਅਸਲੀ ਮੈਂ ਕਹੂੰਗਾ ਖਾਣ ਭੈਣੀ ਨੇ ਹੋਰਾਂ ਵੀ ਗਾਣੇ ਕੀਤੇ ਆ ਠੀਕ ਆ ਬਟ ਜਿਹੜਾ ਇੱਕ ਸਵਾਲ ਆਉਂਦਾ ਨਾ ਸਾਈਕੋ ਸਟਾਈਲ ਦੇ ਮਿਊਜ਼ਿਕ ਦੇ ਵਿੱਚ ਖਾਣ ਭੈਣੀ ਵਾਲੀ ਦੀ ਆਵਾਜ਼ ਨੂੰ ਸਾਈਕੋ ਸਟਾਈਲ ਦੇ ਮਿਊਜ਼ਿਕ 'ਚ ਆਵਾਜ਼ ਖਾਣ ਭੈਣੀ ਵਾਲੀ ਦੀ ਆਵਾਜ਼ ਹੈ ਨਾ ਉਹ ਕਿਤੇ ਨਹੀਂ ਹੈਗਾ ਨੈਵਰ ਮੈਨ ਬਹੁਤ ਬਹੁਤ ਸੋਹਣਾ ਸੀਰੀਅਸਲੀ ਮਤਲਬ ਮੈਂ ਇਹ ਗੱਲ ਕਹੂੰਗਾ ਅਤੇ ਉਸ ਤੋਂ ਬਾਅਦ ਬੀ ਟੁਗੈਦਰ ਬਰੋਸ ਮਤਲਬ ਇੱਕ ਗੱਲ ਹੈਗੀ ਇਹਨਾਂ ਦੀ ਜਿਹੜੀ ਟੀਮ ਹੈ ਨਾ ਇਹ ਨਾ ਬਹਿ ਕੇ ਜਿਵੇਂ ਮਤਲਬ ਕਿ ਜੋ ਜਦੋਂ ਵੀ ਡਿਸਕਸ ਕਰਦੇ ਹੋ ਕਿਵੇਂ ਪ੍ਰੋਜੈਕਟ ਨੂੰ ਮਤਲਬ ਮੈਨੂੰ ਇੱਦਾਂ ਫੀਲ ਹੁੰਦਾ ਜਿਵੇਂ ਨਾ ਇਹ ਕੋਈ ਬਰਡਨ ਨਹੀਂ ਲੈਂਦੇ ਉਸ ਚੀਜ਼ ਦਾ ਮਤਲਬ ਆਰਾਮ ਨਾਲ ਚੱਲਣ ਦਿੰਦੇ ਆਰਾਮ ਨਾਲ ਫਲੋ ਨਾਲ ਚੱਲਣ ਦਿੰਦੇ ਆ ਬਹੁਤ ਸਾਰੀ ਚੀਜ਼ਾਂ ਸ਼ੂਟ ਦੇ ਉੱਤੇ ਔਨ ਦੀ ਸਪੋਟ ਵੀ ਕਰ ਦਿੰਦੇ ਹੋਣਗੇ ਹੈ ਨਾ ਕਿਉਂਕਿ ਬੀ ਟੁਗੈਦਰ ਬਰੋਸ ਵੀ ਹੁਣ ਐਕਚੁਅਲ 'ਚ ਪ੍ਰੋਜ ਨੇ ਉਹ ਬਾਦਸ਼ਾਹ ਨਾਲ ਕੰਮ ਕਰ ਰਹੇ ਨੇ ਬੰਦੇ ਬੋਲੀਵੁੱਡ ਕੰਮ ਕਰ ਰਹੇ ਨੇ ਅਤੇ ਬਹੁਤ ਸੋਹਣਾ ਕੰਮ ਯਾਰ ਐਡੀਟਿੰਗ ਬਾਏ ਮਿਸਟਰ ਐਡੀਟਰ ਮੈਨੂੰ ਲੱਗ ਗਿਆ ਸੀਗਾ ਕਲਰਸ ਤੋਂ ਥੋੜ੍ਹਾ ਜਿਹਾ ਹੈ ਨਾ ਥੋੜ੍ਹਾ ਬਲੂਇਸ਼ ਜਿਹਾ ਸ਼ੇਡ ਰੱਖਦਾ ਮਿਸਟਰ ਐਡੀਟਰ ਵਧੀਆ ਹੁੰਦਾ ਕੰਮ ਅਤੇ ਨਾਈਸ ਆ ਯਾਰ ਬਹੁਤ ਸੋਹਣੇ ਲੋਕੇਸ਼ਨ ਲਈਆਂ ਨੇ ਉਹਨਾਂ ਨੇ ਬਹੁਤ ਸੋਹਣਾ ਕਿਤੇ ਕਿਤੇ ਇੱਦਾਂ ਫੀਲ ਹੀ ਨਹੀਂ ਹੁੰਦਾ ਹੈਗਾ ਇੰਡੀਆ ਹੈ ਠੀਕ ਹੈ ਅਤੇ ਪਰ ਨਾਈਸ ਕੰਮ ਘੈਂਟ ਕੰਮ ਬਾਕੀ ਮਿਲਦੇ ਸੀ ਤਿੰਨੇ ਵੀ ਰਿਐਕਸ਼ਨ ਆ ਸਤਿ ਸ਼੍ਰੀ ਅਕਾਲ